ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਇਮਰਾਨ ਖਾਨ ਨੂੰ ਲੈ ਕੇ ਉਹ ਕ੍ਰਿਕਟਰ ਉਹ ਖਿਡਾਰੀ ਜੋ ਕਿ ਕ੍ਰਿਕਟ ਦੀ ਪਿੱਚ ਦੇ ਉੱਤੇ ਤਾਂ ਆਪਣਾ ਕਮਾਲ ਦਿਖਾ ਚੁੱਕੇ ਨੇ ਹੁਣ 11 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਕਿ ਹੁਣ ਉਹ ਸਿਆਸੀ ਪਿੱਚ ਦੇ ਉੱਤੇ ਆਪਣਾ ਖੇਡ ਦਿਖਾਉਣਗੇ ਸੈਂਚਰੀ ਮਾਰਨਗੇ ਜਾਂ ਫਿਰ ਉੱਥੇ ਦੇ ਜਿਹੜੇ ਸਿਆਸੀ ਮਾਹੌਲ ਨੇ ਉਹਦੇ ਵਿੱਚ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ। ਖੈਰ ਉਹ ਤਾਂ ਪਾਕਿਸਤਾਨ ਦੇ ਵਿੱਚ ਵੱਸਦੇ ਸਿਆਸੀ ਮਾਹਿਰ ਦੱਸ ਸਕਦੇ ਨੇ, ਲੇਕਿਨ ਤੁਸੀਂ ਇਹ ਦੱਸ ਸਕਦੇ ਹੋ ਕਿ ਕੀ ਇਮਰਾਨ ਖਾਨ ਦੇ ਆਉਣ ਦੇ ਨਾਲ ਜਿਹੜੇ ਭਾਰਤ ਪਾਕਿਸਤਾਨ ਦੇ ਮਸਲੇ ਨੇ ਉਹ ਸੁਲਝ ਸਕਦੇ ਨੇ, ਔਰ ਜੇਕਰ ਅਸੀਂ ਗੱਲ ਕਰ ਲਈਏ ਗੁਰੂ ਧਾਮਾਂ ਦੀ ਗੁਰੂ ਸਾਹਿਬਾਨਾਂ ਦੀ ਉਹਨਾਂ ਦੇ ਉੱਤੇ ਵੀ ਗੱਲ ਹੋ ਸਕਦੀ ਹੈ, ਕਿਉਂਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫ੍ਰੀ ਬੱਸ ਸਰਵਿਸਿਜ਼ ਇੰਡੀਆ ਤੋਂ ਉੱਥੇ ਚੱਲਣ ਜਿਹੜੇ ਅੱਜ ਤੱਕ ਉੱਥੇ ਜਨਮੇ ਨੇ ਲੇਕਿਨ ਵਾਪਸ ਨਹੀਂ ਜਾ ਪਾਏ, ਚਾਹੇ ਤੁਸੀਂ UK ਦੇ ਵਿੱਚ ਵੱਸਦੇ ਹੋ ਯੂਰੋਪ ਦੇ ਵਿੱਚ ਵੱਸਦੇ ਹੋ, ਕਿ ਕੀ ਤੁਸੀਂ ਹੁਣ ਉੱਥੇ ਅੱਜ ਹੀ ਫੋਰਨ ਪੋਲਿਸੀ ਬਣਾਈ ਜਾਏ ਕਿ ਤੁਸੀਂ ਵੀ ਜਾ ਕੇ ਖੁੱਲ੍ਹੇ ਦਰਸ਼ਨ ਦੀਦਾਰ ਉੱਥੇ ਕਰ ਸਕੋ, ਕਿ ਇਮਰਾਨ ਖਾਨ ਤੋਂ ਇਹ ਉਮੀਦ ਲਗਾਈ ਜਾ ਸਕਦੀ ਹੈ। ਇਸ ਮੁਤਲਕ ਤੁਸੀਂ ਕੀ ਕੁਝ ਕਹਿਣਾ ਚਾਹੁੰਦੇ ਹੋ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਮੈਨੂੰ ਅਤੇ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਔਰ ਮੈਨੂੰ ਪਤਾ ਕਈ ਕਾਲਰ ਸਰ ਅੱਜ ਅਜਿਹੇ ਹੋਣਗੇ ਜਿਨ੍ਹਾਂ ਦਾ ਜਨਮ ਉੱਥੇ ਹੋਇਆ ਔਰ ਉਹ ਉੱਥੇ ਜਾਣਾ ਚਾਹੁੰਦੇ ਨੇ, ਕੀ ਉਸ ਧਰਤੀ ਦੇ ਉੱਤੇ ਉਹ ਖੁਸ਼ਬੂ ਸੂਣਾ ਚਾਹੁੰਦੇ ਨੇ ਜਿੱਥੇ ਉਹਨਾਂ ਦਾ ਜਨਮ ਹੋਇਆ, ਕੀ ਉਹ ਉੱਥੇ ਜਾਣਾ ਚਾਹੁੰਦੇ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ, ਕੀ ਉੱਥੇ ਜਾਣਾ ਚਾਹੁੰਦੇ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਕਾਇਮ ਹੋਇਆ। ਅੱਜ ਇਸੀ ਮੁਤਲਕ ਕਰ ਰਹੇ ਹਾਂ ਵਿਚਾਰ ਵਟਾਂਦਰਾ। ਕਾਫੀ ਸਾਰੀ ਕਾਲਸ ਮੈਨੂੰ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਕੇਵਲ ਜਪਾਲ ਬੋਲ ਰਿਹਾ ਲੀਡ ਤੋਂ ਜੀ। ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਮੈਂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੰਦਾ ਸਾਰੇ ਪਾਕਿਸਤਾਨੀ ਆਵਾਮ ਨੂੰ ਜੀ ਜੀ। ਤਾਂ ਬਾਕੀ ਇਮਰਾਨ ਖਾਨ ਹੁਣੀ ਕੋਸ਼ਿਸ਼ ਜ਼ਰੂਰ ਕਰਨਗੇ, ਬਾਕੀ ਪ੍ਰਧਾਨ ਮੰਤਰੀ ਵੀ ਕਰਦੇ ਆਏ ਨੇ, ਪਰ ਇਹ ਸਭ ਤੋਂ ਪਹਿਲਾਂ ਟੈਰਰਿਜ਼ਮ ਜਿਹੜਾ ਉਹਦੀ ਖਾਤਮੇ ਦੀ ਲੋੜ ਹੈ। ਤਾਂ ਨੰਬਰ 2, ਜਿੰਨੇ ਵੀ ਪ੍ਰਧਾਨ ਮੰਤਰੀ ਹਾਲ ਤੱਕ ਆਏ ਨੇ ਉਹਨਾਂ ਉਹ ਕਸ਼ਮੀਰ ਦੇ ਮਸਲੇ ਨੂੰ ਹੱਲ ਨਹੀਂ ਕਰ ਸਕੇ ਸਵਾ ਮੁਸ਼ਰਫ ਦੇ ਵੇਲੇ, ਜਿਹੜਾ ਕਿ ਵੈਰੀ ਨੀਅਰਲੀ ਫੈਸਲਾ ਹੋ ਚੁੱਕਾ ਕਸ਼ਮੀਰ ਦੇ ਮਸਲੇ ਦਾ। ਪਰ ਇਹ ਗੱਲ ਹੈ ਜੇ ਆਰਮੀ ਅਲਾਊ ਕਰੇਗੀ ਇਹਨੂੰ ਆਪਣੇ ਇਮਰਾਨ ਖਾਨ ਨੂੰ, ਜਿਹੜੀ ਕਿ ਫੋਰਨ ਪੋਲਿਸੀ ਬਹੁਤ ਹੀ ਹਾਲ ਤੱਕ ਆਰਮੀ ਕੰਟਰੋਲ ਕਰ ਰਹੀ ਹੈ ਕੋਈ 40-50 ਸਾਲ ਤੋਂ, ਜੇ ਥੋੜ੍ਹੀ ਢਿੱਲ ਰੱਖੇਗੀ ਤਾਂ ਇਮਰਾਨ ਖਾਨ ਨੈਗੋਸ਼ੀਏਟ ਕਰ ਸਕਦੇ ਨੇ, ਔਰ ਕਸ਼ਮੀਰ ਦਾ ਮਸਲਾ ਔਰ ਕਈ ਹੋਰ ਮਸਲੇ ਹੱਲ ਹੋ ਸਕਦੇ, ਅਫਗਾਨਿਸਤਾਨ ਨਾਲ ਵੀ ਮਸਲਾ ਹੱਲ ਹੋ ਸਕਦਾ, ਤਾਂ ਇਰਾਨ ਨਾਲ ਵੀ ਤਿੰਨਾਂ ਦੇ ਤਾਲੁਕਾ ਸੋਹਣੇ ਹੋ ਸਕਦੇ ਨੇ, ਅਫਗਾਨਿਸਤਾਨ ਨਾਲ ਵੀ ਤਾਂ ਹਿੰਦੁਸਤਾਨ ਨਾਲ ਵੀ। ਤਾਂ ਬਾਕੀ ਇਹ ਇਹ ਤਾਂ ਸਿਰਫ ਹੈ ਵੀ ਉਹ ਆਰਮੀ ਨੂੰ ਕਿਸ ਤਰ੍ਹਾਂ ਕਨਵਿੰਸ ਕਰਦਾ ਆਪਣੀ ਫੋਰਨ ਪੋਲਿਸੀ ਨੂੰ ਅੱਗੇ ਵਧਾਉਣ ਲਈ। ਜੀ 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 ਜੀ, ਕਿਸ ਤਰੀਕੇ ਨਾਲ ਆਰਮੀ ਨੂੰ ਕਨਵਿੰਸ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪਿਛਲੇ ਬਿਲਕੁਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਕਿ 40-45 ਸਾਲਾਂ ਤੋਂ ਆਰਮੀ ਦੇ ਕਹਿਣ 'ਤੇ ਹੀ ਕਈ ਡਿਸੀਜਨਸ ਜਿਹੜੇ ਨੇ ਉਹ ਸਿਆਸਤਦਾਨਾਂ ਵੱਲੋਂ ਲਿੱਤੇ ਜਾਂਦੇ ਨੇ ਔਰ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਵੱਲੋਂ ਲਿੱਤੇ ਜਾਂਦੇ ਨੇ, ਲੇਕਿਨ ਹੁਣ ਵੇਖਣਾ ਹੋਏਗਾ ਕਿ ਕਿਸ ਤਰੀਕੇ ਦਾ ਮਾਹੌਲ ਕ੍ਰੀਏਟ ਕਰਦੇ ਨੇ ਔਰ ਜਿਹੜੇ ਫੈਸਲੇ ਆਪਸੀ ਇੰਡੀਵਿਜੁਅਲ ਫੈਸਲੇ ਨੇ ਆਪਸੀ ਫੈਸਲੇ ਨੇ ਉਹ ਕਿਸ ਤਰੀਕੇ ਨਾਲ ਇਮਰਾਨ ਖਾਨ ਲੈਂਦੇ ਨੇ। ਜੀ ਹਾਂਜੀ, ਸਭ ਤੋਂ ਓਨੈਸਟ ਜਿਹੜਾ ਪ੍ਰਧਾਨ ਮੰਤਰੀ ਹਾਲ ਤੱਕ ਹੋਏਗਾ ਤਾਂ ਇਮਰਾਨ ਖਾਨ ਹੋਏਗਾ ਹਾਲੇ ਤੱਕ। ਇਮਰਾਨ ਖਾਨ ਹੋਏਗਾ, ਮੈਂ ਇਸ ਗੱਲ ਨਾਲ ਤੁਹਾਡੇ ਸਹਿਮਤ ਹਾਂ, ਕਿਉਂਕਿ ਸੁਨੀਲ ਗਵਾਸਕਰ ਜੋ ਕਿ ਇੰਡੀਅਨ ਕ੍ਰਿਕਟਰ ਨੇ ਉਹਨਾਂ ਨੇ ਇਹ ਪ੍ਰੈਡਿਕਸ਼ਨ ਕੀਤੀ ਸੀਗੀ ਜਦੋਂ ਆਪਸ ਦੇ ਵਿੱਚ ਖੇਡਦੇ ਸੀਗੇ, ਕਿਉਂਕਿ ਉਹਨਾਂ ਦੀ ਜਿਸ ਤਰੀਕੇ ਦੀ ਦੋਸਤੀ ਸੀਗੀ ਇਮਰਾਨ ਖਾਨ ਦੇ ਨਾਲ, ਉਹ ਚਾਹੁੰਦੇ ਸੀਗੇ ਕਿ ਤੇਰੇ ਵਰਗਾ ਬੰਦਾ ਨਾ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਹੋਵੇ, ਉਹਨਾਂ ਨੇ ਇੱਕ ਗੱਲ ਐਵੇਂ ਬੋਲੀ ਸੀਗੀ ਔਰ ਅੱਜ ਉਹਨੂੰ ਅਮਲੀ ਜਾਮਾ ਮੈਨੂੰ ਲੱਗਦਾ 11 ਅਗਸਤ ਨੂੰ ਖੁਦ ਆਪ ਇਮਰਾਨ ਖਾਨ ਪਹਿਨਾਉਣਗੇ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਕਾਲ ਸਾਨੂੰ ਕੀਤਾ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਸੁਝਾਵ ਲੈ ਲਈਏ, ਫੀਡਬੈਕਸ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਹਰਕ੍ਰਿਸ਼ਨ ਸਿੰਘ। ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਕੀ ਹਾਲ ਹੈ, ਠੀਕ ਹੋ? ਥੈਂਕ ਯੂ ਵੈਰੀ ਮਚ, ਥੈਂਕ ਯੂ ਸਾਹਿਬ ਜੀ, ਕੀ ਕਹਿਣਾ ਚਾਹੁੰਦੇ? ਦੇਖੋ, ਇਮਰਾਨ ਖਾਨ ਨੂੰ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਬਣਾਉਣਾ ਜੀ ਇੱਕ ਬੜਾ ਬੜਾ ਮਤਲਬ ਜਿਹਨੂੰ ਅਗਾਂਹ ਦਾ ਸਟੈਪ ਹੈ ਪਾਕਿਸਤਾਨ ਵਾਸਤੇ ਜੀ, ਹਾਂਜੀ ਜੀ, ਕਿਉਂਕਿ ਤੁਹਾਨੂੰ ਪਤਾ ਕਿ ਇਜ਼ ਵੈਰੀ ਮਾਡਰਨ, ਹਾਂਜੀ ਜੀ, ਹੀ ਹੈਡ ਅ ਟੈਗ ਆਫ ਬਲੈਕ ਯੂ ਨੋ ਪਲੇ ਬੋਏ ਇਨ ਲੰਡਨ, ਹਾਂਜੀ ਜੀ, ਔਰ ਉਹਨੇ ਯਹੂਦੀ ਕੁੜੀ ਦੇ ਨਾਲ ਉਹਦੀ ਮੈਰਿਜ ਹੋਈ ਆ, ਉਹ ਤੋਂ 2 ਬੱਚੇ ਆ, ਡਿਵੋਰਸ ਡਿਫਰੈਂਟ ਚੀਜ਼ ਹੈ, ਹਾਂਜੀ ਵੈਰੀ ਡਿਫਰੈਂਟ ਟਾਈਪ ਆਫ ਪਰਸਨ,
ਬਿਲਕੁਲ ਹਰਭਜਨ ਸਿੰਘ ਜੀ, ਤਾਂ ਹੀ ਅੱਜ ਅਸੀਂ ਟੱਚ ਹੀ ਨਹੀਂ ਕੀਤਾ ਉਹਨਾਂ ਦੀ ਪਰਸਨਲ ਲਾਈਫ ਨੂੰ ਲੈ ਕੇ, ਮੈਂ ਨਹੀਂ ਚਾਹੁੰਦਾ ਸੀ ਕਿ ਇੰਪੋਰਟੈਂਟ ਹੈ, ਮੈਂ ਇਸ ਕਰਕੇ ਕਹਿ ਰਿਹਾ ਹੈਗਾ ਜੀ, ਜੀ ਮੈਂ ਇਸ ਕਰਕੇ ਗੱਲ ਕੀਤੀ ਆ ਕਿ ਪਾਕਿਸਤਾਨ ਜਿਹੜਾ ਹੈਗਾ ਇਸ ਯੂ ਨੋ ਇਟ ਚੇਂਜਿੰਗ ਇਟਸ ਮਾਈਂਡ, ਸਮਝ ਗਏ ਨਾ ਜੀ 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 ਜੀ, ਅੱਜ ਤੋਂ 10-15 ਸਾਲ ਇਹਨੂੰ ਐਕਸੈਪਟ ਨਹੀਂ ਸੀ ਕੀਤਾ ਜਾ ਸਕਦਾ ਜੀ ਜੀ, ਮੈਂ ਕਹਿੰਦਾ ਕਿ ਪਾਕਿਸਤਾਨ ਜਿਹੜਾ ਹੈਗਾ ਲੋਕਾਂ ਦਾ ਮਾਈਂਡ ਸੈਟ ਬਦਲ ਰਿਹਾ ਹੈਗਾ, ਯੰਗਸਟਰ ਬਦਲ ਰਹੇ ਨੇ ਯੂ ਨੋ, ਉਸ ਡੋਗਮੈਟਿਕ ਸਿਸਟਮ ਤੋਂ ਉਹ ਬਾਹਰ ਆ ਰਹੇ ਨੇ, ਕਹਿੰਦੇ ਤੁਹਾਡੇ ਸਾਹਮਣੇ ਆ, ਮੈਂ ਕਹਿੰਦਾ ਉਹ ਤਾਂ ਸਾਡੇ ਤੋਂ ਵੀ ਅੱਗੇ ਜਾ ਰਹੇ ਨੇ, ਤੁਹਾਡੇ ਸਾਹਮਣੇ ਮੁਲਕ ਦਾ ਪ੍ਰਾਈਮ ਮਿਨਿਸਟਰ ਔਰ ਉਹਦੀ ਡਾਟਰ ਨੂੰ ਲੋਕਅਪ ਕੀਤਾ ਗਿਆ ਬਿਹਾਈਂਡ ਦਾ ਬਾਰ ਜਿਹਾ ਕਿ ਕਰਪਸ਼ਨ ਦੇ ਵਿੱਚ ਸਾਡੇ 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 ਕਿਤੇ ਤੁਹਾਨੂੰ ਦਿੱਤਾ ਕਿ ਇੱਦਾਂ ਦੀ ਹਾਲਤ ਆ ਸਕਦੀ ਆ ਜੀ। ਸੋ ਮੈਂ ਕਹਾਂਗਾ ਕਿ ਯੂ ਨੋ ਉਹ ਕਾਫੀ ਮਤਲਬ ਉਹਨਾਂ ਦਾ ਮਾਇੰਡ ਸੈਟ ਬਦਲ ਚੁੱਕਾ ਹੈਗਾ, ਕਾਫੀ ਫਾਰਵਰਡ ਸੋਚੀ ਦੇਖਦੇ ਕਿ ਗਰੀਬੀ ਜਿਹੜੀ ਆ ਉਹਨਾਂ ਨੂੰ ਡਾਊਨ ਕਰ ਰਹੀ ਆ, ਕਰਪਸ਼ਨ ਨੂੰ ਉਹ ਥੱਲੇ ਲਿਆਉਣਾ ਚਾਹੁੰਦੇ ਆ। ਆਈ ਥਿੰਕ ਇਟਸ ਅ ਵੈਰੀ ਪੋਜ਼ਿਟਿਵ ਸਟੈਪ ਟੂ ਬੀ ਆਨੈਸਟ ਯੂ ਨੋ ਰਾਈਟ। ਬਿਲਕੁਲ, ਐਂਡ ਵਟ ਯੂ ਥਿੰਕ ਅਬਾਊਟ ਦੀ ਇੰਡੋ ਪਾਕ ਰਿਲੇਸ਼ਨਸ਼ਿਪ ਇਨ ਫਿਊਚਰ, ਵਟ ਯੂ ਥਿੰਕ ਅਬਾਊਟ ਇਟ? ਅੱਛਾ ਅੱਛਾ, ਉਹਨੇ ਦੇਖੋ ਕਿਹਾ, ਤੁਹਾਨੂੰ ਪਤਾ ਉਹਨੇ ਪਹਿਲਾਂ ਕਿਹਾ ਹੈਗਾ ਕਿ ਵੀ ਜੇ ਇੰਡੀਆ ਮਤਲਬ ਇੱਕ ਸਟੈਪ ਵਧੇਗਾ ਅੱਗੇ ਤੇ ਅਸੀਂ 2 ਸਟੈਪ ਵਧਾਂਗੇ, ਸਮਝ ਗਿਆ? ਬਿਲਕੁਲ ਬਿਲਕੁਲ ਸਹੀ ਗੱਲ ਹੈ, ਦਿਸ ਇਜ਼ ਅ ਵੈਰੀ ਗੁੱਡ ਸਟੈਪ। ਦੂਸਰੀ ਗੱਲ ਹੈ ਉਹ ਇੰਡੀਆ ਦੇ ਵਿੱਚ ਬਹੁਤ ਆਫਟਨ ਜਾਣੀ ਉਹ ਜਾਂਦਾ ਰਹਿੰਦਾ, ਉਹਦੇ ਬਹੁਤ ਅੱਛੇ ਦੋਸਤ ਹੈ ਇੰਡੀਆ ਦੇ ਨਾਲ, ਉਹਦੇ ਪਰਸਨਲੀ ਬੜੇ ਪਰਸਨਲ ਦੋਸਤ ਹੈ ਉਹਦੇ ਇੰਡੀਆ ਦੇ ਵਿੱਚ, ਉਹ ਕਈ ਚੀਜ਼ਾਂ ਉਹਦੇ ਦਿਮਾਗ 'ਤੇ ਇਹ ਚੀਜ਼ਾਂ ਹੈਵੀ ਹੋਣਗੀਆਂ, ਸਮਝ ਗਏ ਨਾ? ਪਰ ਜਿਹੜਾ ਕਸ਼ਮੀਰ ਦੀ ਤੁਸੀਂ ਗੱਲ ਕੀਤੀ ਆ, ਦੇਖੋ ਉਹਨੇ ਗੱਲ ਅੱਛੀ ਕਹੀ ਆ ਵੀ ਇਹ ਮਸਲਾ ਜਿਹੜਾ ਹੈਗਾ ਡਾਇਲੋਗ ਦੇ ਨਾਲ ਹੀ ਹੱਲ ਹੋ ਸਕਦਾ, ਲੜਾਈ ਨਾਲ ਨਹੀਂ ਹੱਲ ਹੋ ਸਕਦਾ। ਹਾਂਜੀ, ਅਗਰ ਇਹਦੇ ਵਿੱਚੋਂ ਬੈਠ ਕੇ ਕੋਈ ਨਾ ਕੋਈ ਸੋਲੂਸ਼ਨ ਲੱਭ ਲਿਆ ਜਾਏਗਾ ਔਰ ਜੇ ਇਰਾਦਾ ਸਹੀ ਹੋਵੇ ਕਿ ਵਾਕਈ ਇਹਦਾ ਹੱਲ ਲੱਭਣਾ ਹੈਗਾ ਤਾਂ ਲੱਭਿਆ ਜਾ ਸਕਦਾ। ਹਾਂਜੀ, ਇੰਡੀਆ ਵਾਸਤੇ ਵੀ, ਇੰਡੀਆ ਕੋਈ ਐਸੀ ਕੋਈ ਚੀਜ਼ ਗਿਵਨ ਕਰਨੀ ਹੋਵੇ ਤਾਂ ਇੰਡੀਆ ਵਾਸਤੇ ਵੀ ਹਾਰਡ ਹੋਏਗਾ, ਲੇਕਿਨ ਗਿਵ ਐਂਡ ਟੇਕ ਕਰ ਕਰ ਵੀ ਕੋਈ ਗੱਲ ਹੁੰਦੀ ਹੈ। ਮੈਂ ਇਸ ਗੱਲ ਨਾਲ ਹਰਭਜਨ ਸਿੰਘ ਜੀ ਸਹਿਮਤ ਹਾਂ। ਇੱਕ ਮੀਡੀਆ ਰਿਪੋਰਟ ਇਹ ਵੀ ਆਈ ਹੈ ਕਿ ਇਮਰਾਨ ਖਾਨ ਵੱਲੋਂ ਇਹ ਵੀ ਬਿਆਨ ਸੁਣਨ ਨੂੰ ਮਿਲ ਰਿਹਾ ਮੀਡੀਆ ਦੇ ਵਿੱਚ, ਉਹਨਾਂ ਨੇ ਕਿਹਾ ਕਿ 3 ਲੜਾਈਆਂ ਮੈਂ ਦੇਖ ਚੁੱਕਿਆ ਲੇਕਿਨ ਹੁਣ ਮੈਂ 4th ਲੜਾਈ ਨਹੀਂ ਦੇਖਣਾ ਚਾਹੁੰਦਾ, 4th ਮੈਂ ਡਾਇਲੋਗ ਵੇਖਣਾ ਚਾਹੁੰਦਾ। ਵੈਰੀ ਗੁੱਡ ਥਿੰਗ ਆ, ਬਹੁਤ ਦੇਖੋ ਹਰਦੀਪ ਸਿੰਘ ਪੋਜ਼ਿਟਿਵ ਸਮਝਦਾਰ ਲੱਗਾ ਹੈਗਾ, ਵੈਰੀ ਇੰਟੈਲੀਜੈਂਟ ਮੈਨ, ਤੁਹਾਨੂੰ ਕਹਿੰਦਾ ਕਿ 4th ਲੜਾਈ ਜਿਹੜੀ ਆ ਦੈਟ ਕੈਨ ਐਂਡ ਅਪ ਇਨ ਅ ਨਿਊਕਲੀਅਰ ਵਾਰ, ਰਾਈਟ? ਜੀ ਜੀ ਜੀ, ਉਹਦੇ ਵਿੱਚ ਨਾ ਪਾਕਿਸਤਾਨ ਬਚੇਗਾ ਤੇ ਨਾ ਇੰਡੀਆ ਬਚੇਗਾ। ਬਿਲਕੁਲ ਸਹੀ ਗੱਲ, ਬਿਲਕੁਲ ਦੋਨਾਂ ਨੂੰ ਨੁਕਸਾਨ। ਹਰਦੀਪ ਸਿੰਘ ਨਾਲ ਤੁਹਾਨੂੰ ਇਹ ਵੀ ਦੇਖਣਾ ਪਊਗਾ ਇੰਡੀਆ ਦੀ ਸਿਚੁਏਸ਼ਨ ਇਹ ਹੈਗੀ ਆ ਕਿ ਅਗਰ ਅਸੀਂ ਕਸ਼ਮੀਰ ਛੱਡਦੇ ਹਾਂ ਤੇ ਹਿੰਦੁਸਤਾਨ ਬਿਲਕੁਲ ਡਿਸਮੈਂਟਲ ਹੋ ਜਾਏਗਾ, ਸਮਝ ਗਈ ਨਾ? ਕਿਉਂਕਿ ਨਿਊਕਲੀਅਰ ਪਾਵਰ ਜਿਹੜੀਆਂ ਹੈਗੀਆਂ ਤੁਹਾਡੇ ਸ੍ਰੀਨਗਰ ਦੇ ਐਨ ਹੈਡ ਦੇ ਉੱਪਰ ਪਹੁੰਚ ਜਾਣਗੀਆਂ। ਕੋਈ ਕੰਟਰੀ ਇੰਨਾ ਸੁਸਾਈਡ ਕਮਿਟ ਨਹੀਂ ਕਰ ਸਕਦਾ, ਚਾਹੇ ਗੱਲ ਚਾਹੇ ਕਸ਼ਮੀਰ ਅਸੀਂ ਬਾਈ ਪਾਵਰ ਰੱਖੀਏ ਜਾਂ ਕਿਸੇ ਤਰੀਕੇ ਨਾਲ ਰੱਖੀਏ, ਯੂ ਗੋਟ ਟੂ ਹੈਵ ਇਟ, ਯੂ ਗੋਟ ਟੂ ਹੈਵ ਦੈਟ ਪਾਰਟ ਆਫ ਯੋਰ ਕੰਟਰੀ, ਅਦਰ ਤੁਸੀਂ ਅੱਜ ਯੂ ਨੋ ਬਾਈ ਤਾਕਤ ਨਾਲ ਲੈ ਜਾਂਦੇ ਆ ਜਾਂ ਜਿਸ ਤਰੀਕੇ ਨਾਲ ਟੈਰਰਿਜ਼ਮ ਕਸ਼ਮੀਰ ਚੱਲ ਰਿਹਾ ਹੈਗਾ ਤੇ ਇੰਡੀਆ ਸਰਵਾਈਵ ਨਹੀਂ ਕਰ ਸਕਦਾ, ਸਮਝ ਗਏ ਨਾ? ਇਹ ਤੁਹਾਨੂੰ ਇਹ ਟੈਕਟੀਕਲ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣੀਆਂ ਹੈਗੀਆਂ, ਭਾਵਾਂ ਕਿੰਨੀਆਂ ਵੀ ਹਾਰਡ ਕਿਉਂ ਨਾ ਹੋਣ ਇਸ ਕਰਕੇ, ਪਰ ਇਸ ਹਾਰਡ ਨਟ ਟੂ ਕ੍ਰੈਕ, ਪਰ ਹੋ ਸਕਦਾ ਜੇ ਦੋਨਾਂ ਕੰਟਰੀਆਂ ਦਾ ਹੋਵੇ ਕਿ ਦੋਨਾਂ ਦੀ ਬਰਬਾਦੀ ਹੋ ਰਹੀ ਆ, ਵੀ ਜਿੱਥੇ ਲਾਈਨ ਆਫ ਕੰਟਰੋਲ ਅੱਗੇ ਗੱਲ ਚੱਲੀ ਸੀਗੀ ਵੀ ਜਿੱਥੇ ਲਾਈਨ ਆਫ ਕੰਟਰੋਲ ਹੈਗੀ ਆ ਉਧਰਲਾ ਪਾਸਾ ਤੁਸੀਂ ਕੰਟਰੋਲ ਕਰ ਲਓ ਔਰ ਦੂਸਰੇ ਦਾ ਪਾਸਾ ਹਿੰਦੁਸਤਾਨ ਕੰਟਰੋਲ ਕਰ ਲਵੇ। ਨਾ ਇਹ ਵੀ ਗੱਲ ਦੇਖਣ ਵਾਲੀ ਹੈਗੀ ਆ ਕਿ ਜਿਹੜੇ ਕਸ਼ਮੀਰ ਦੇ ਲੋਕ ਆ ਉਹ ਕਹਿੰਦੇ ਅਸੀਂ ਇੰਡੀਪੈਂਡ ਰਹਿਣਾ, ਅਸੀਂ ਆਪਣਾ ਇੰਡੀਪੈਂਡੈਂਟ ਚਾਹੁੰਦੇ ਹੈਗੇ ਆ, ਜਿਹੜਾ ਕਿ ਇੰਨਾ ਪੋਸੀਬਿਲਿਟੀ ਨਹੀਂ ਹੈਗੀ, ਨਾ ਪਾਕਿਸਤਾਨ ਨੇ ਆਪਣਾ ਪਾਰਟ ਛੱਡਣਾ ਤੇ ਨਾ ਹਿੰਦੁਸਤਾਨ ਨੇ। ਹਰਭਜਨ ਸਿੰਘ, ਤੁਸੀਂ ਇੱਥੇ ਕਿਹਾ ਕਿ ਅਗਰ ਕਸ਼ਮੀਰ ਜਿਹੜਾ ਹੈ, ਤੁਸੀਂ ਕਿਹਾ ਇੱਥੇ ਕਿ ਅਗਰ ਕਸ਼ਮੀਰ ਜਿਹੜਾ ਹੈ ਉਹ ਅਗਰ ਇੰਡੀਆ ਦੇ ਹਿੱਸੇ ਦੇ ਵਿੱਚ ਨਹੀਂ ਆਉਂਦਾ ਤਾਂ ਇੰਡੀਆ ਡਿਸਮੈਂਟਲ ਹੋ ਜਾਏਗਾ, ਤੇ ਮੈਨੂੰ ਲੱਗਦਾ ਉੱਥੇ ਪਾਕਿਸਤਾਨ ਦੇ ਵਿੱਚ ਵਸਦੇ ਜਿਹੜੇ ਲੋਕ ਨੇ ਉੱਥੇ ਵੀ ਉਹ ਵੀ ਆਈ ਸੋਚਦੇ ਹੋਣਗੇ ਕਿ ਜੇਕਰ ਕਸ਼ਮੀਰ ਅਗਰ ਤੁਸੀਂ ਕਸ਼ਮੀਰ ਜਿਹੜਾ ਹੈਗਾ ਪਾਕਿਸਤਾਨ ਨੂੰ ਦੇ ਦਿਓਗੇ ਤੇ ਉਹਨਾਂ ਦੀਆਂ ਪਲਸਰ ਫੌਜਾਂ ਤੁਹਾਡੇ ਸ੍ਰੀਨਗਰ ਦੇ ਐਨ ਬਾਰਡਰ ਤੇ ਆ ਜਾਣਗੀਆਂ, ਹਾਊ ਕੈਨ ਯੂ ਐਕਸੈਪਟ ਇਟ? ਜੀ ਜੀ, ਕੋਈ ਕੰਟਰੀ ਐਕਸੈਪਟ ਕਰਦੀ ਸੁਸਾਈਡ? ਕੋਈ ਕਮੇਟੀ ਕੋਈ ਕੰਟਰੀ ਐਕਸੈਪਟ ਕਰ ਸਕਦੀ ਹੈ? ਨੋ ਵਾਈ, ਰਾਈਟ? ਦੂਸਰੀ ਗੱਲ ਆ, ਅਸੀਂ ਹਜ਼ਾਰਾਂ ਨੌਜਵਾਨ ਉੱਥੇ ਪਾ ਚੁੱਕੇ ਹਾਂ, ਕੀ ਉਹਨਾਂ ਦੀ ਸੈਕਰੀਫਾਈਸ ਅਸਾਂ ਜੀ ਉੱਥੇ ਹੀ ਛੱਡ ਦਿਆਂਗੇ, ਇਸ ਤਰ੍ਹਾਂ ਹੀ ਛੱਡ ਦਿਆਂਗੇ? ਉਹ ਕਿੱਦਾਂ ਸਾਨੂੰ ਕਿੱਦਾਂ ਸਾਨੂੰ ਮਾਫ਼ ਕਰਨਗੇ? ਸੋ ਮੈਂ ਇਹ ਨਹੀਂ ਕਹਿੰਦਾ ਹੈਗਾ, ਪਰ ਮੈਂ ਇਹ ਗੱਲ ਕਹਿੰਦਾ ਕਿ ਕਸ਼ਮੀਰ ਇਜ਼ ਇੰਟੈਗਰਲ ਪਾਰਟ ਆਫ ਇੰਡੀਆ ਐਂਡ ਪਰ ਸਮਝੌਤੇ ਨਾਲ ਗੱਲ ਕਰਨੀ ਚਾਹੀਦੀ ਆ, ਲਾਈਨ ਆਫ ਕੰਟਰੋਲ ਤੇ ਆਪਣਾ ਸਮਝੌਤਾ ਕਰ ਲੈਣਾ ਚਾਹੀਦਾ ਇੰਟਰਨੈਸ਼ਨਲ। ਸਭ
ਤੋਂ ਵੱਡਾ ਮੁੱਦਾ ਅਗਰ ਇੰਡੋ ਪਾਕ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਵਿੱਚ ਹੈ ਤਾਂ ਕਸ਼ਮੀਰ ਹੀ ਹੈ, ਔਰ ਕਸ਼ਮੀਰ ਨੂੰ ਲੈ ਕੇ ਕੁਛ ਨਾ ਕੁਛ ਜਿਹੜਾ ਡਾਇਲੋਗ ਹੈ ਉਹ ਜ਼ਰੂਰ ਹੋਣਾ ਚਾਹੀਦਾ। ਮੈਂ ਇਸ ਗੱਲ ਨਾਲ ਬਿਲਕੁਲ ਬਿਲਕੁਲ ਮੈਂ ਜ਼ਰੂਰ ਇਸ ਗੱਲ ਮੈਂ ਦੇਖੋ ਅੱਗੇ ਵੀ ਤਾਂ ਸਮਝੌਤਾ ਹੋਇਆ ਸੀਗਾ ਜਿਸ ਵੇਲੇ ਅੱਗੇ ਮਤਲਬ ਸ਼ਿਮਲਾ ਐਗਰੀਮੈਂਟ ਦੀ ਗੱਲ ਕਰ ਰਹੇ ਹਾਂ ਜੀ। ਮਿਸਟਰ ਭੁੱਟੋ ਸਾਹਿਬ ਦੇ ਨਾਲ ਜਿਹੜਾ ਸਮਝੌਤਾ ਹੋਇਆ ਸੀ ਉਹਨੂੰ ਵੀ ਕਿਹਾ ਸੀ ਕਿੰਨੀ ਕੁ ਲੜਦੇ ਰਹਾਂਗੇ, ਮਿਸਟਰ ਸ਼ਰੀਫ ਨੇ ਵੀ ਕਿਹਾ ਸੀ ਅਸੀਂ ਕਿੰਨੀ ਕੁ ਵਾਰੀ ਲੜਦੇ ਰਹਾਂਗੇ, ਯੂਨੋ ਇਹ ਕਿੰਨੀ ਕੁ ਵਾਰੀ ਲੜਾਈ, ਕਿੰਨੀਆਂ ਲੜਾਈਆਂ ਹੋਣ ਲੱਗੀਆਂ, ਕੀ ਬਰਬਾਦ ਹੋਣਾ, ਬਿਲਕੁਲ ਹੀ ਬਰਬਾਦ ਹੋਣਾ। ਇਸ ਕਰਕੇ ਦੋਨਾਂ ਕੰਟਰੀਆਂ ਨੂੰ ਆਪਣਾ ਹੈਡ ਯੂਜ਼ ਕਰਨਾ ਚਾਹੀਦਾ ਔਰ ਮਤਲਬ ਜਿਹੜਾ ਸਾਡੇ ਮੁਲਕ ਡਾਇਲੋਗ ਕਰਕੇ ਵਿੱਚ ਨਾ ਵਿੱਚ ਮਸਲਾ ਜਿਹੜਾ ਔਰ ਜ਼ਰੂਰ ਲੈ ਕੇ ਆਉਣਾ ਚਾਹੀਦਾ। ਹਰਭਜਨ ਸਿੰਘ ਜੀ ਹੋਰ ਵੀ ਕਾਲਰਸ ਮੇਰੇ ਨਾਲ ਜੁੜ ਰਹੇ ਨੇ, ਉਹਨਾਂ ਦੇ ਵੀ ਕਾਲਸ ਅਸੀਂ ਲੈ ਲਈਏ, ਉਹਨਾਂ ਦੇ ਵੀ ਵਿਚਾਰ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਛੋਟੇ ਭਾਈ ਹਰਕੀਰਤ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਮੱਖਣ ਸਿੰਘ ਜੀ, ਸਤਿ ਸ੍ਰੀ ਅਕਾਲ। ਹਾਂਜੀ ਦੇਖੋ ਆਹ ਜਿਹੜਾ ਅੱਜ ਦਾ ਮੁੱਦਾ ਸੁਣ ਕੇ ਮੇਰਾ ਮਨ ਬਹੁਤ ਖੁਸ਼ ਹੋਇਆ। ਮੈਂ ਸਿਰਫ ਤੁਹਾਡਾ ਅੱਧਾ ਮਿੰਟ ਹੀ ਲੈਣਾ ਕਿ ਦੇਖੋ ਦੋ ਛੋਟੇ ਭਰਾ ਹੁੰਦੇ ਆ, ਜੀ ਜੀ ਜੀ, ਉਹ ਛੋਟੇ ਹੁੰਦੇ ਖੇਡਦੇ ਆ, ਉਹ ਆਪਸ ਵਿੱਚ ਲੜਦੇ ਵੀ ਆ, ਖੇਡਦੇ ਵੀ ਆ। ਇਹ ਦੇਖੋ ਨਾਲੋ ਨਾਲ ਇਹਦੀ ਤੁਸੀਂ ਦੂਜੇ ਪਾਸੇ ਗੱਲ ਲੈ ਜਾਓ ਕਿ ਵੰਡ ਤੋਂ ਪਹਿਲਾਂ ਦੀ, ਜੀ ਜੀ ਜੀ, ਉਹ ਛੋਟੇ ਹੁੰਦੇ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਹੌਲੀ ਹੌਲੀ ਦੇਖੋ ਉਹਨਾਂ ਦੇ ਬੱਚੇ ਇੱਕ ਵੰਡ ਜਿੱਦਾਂ ਇਹਦੇ ਇਹਦੇ ਵਿੱਚ ਲਾ ਲਓ ਕਿ ਇੱਕ ਵੰਡ ਹੋ ਗਏ, ਜੀ 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 ਜੀ, ਉਹਨਾਂ ਦੇ ਬੱਚੇ ਹੋ ਜਾਂਦੇ, ਉਹਨਾਂ ਭਰਾਵਾਂ 'ਚ ਹੀ ਗੈਪ ਪੈਂਦਾ ਜਾਂਦਾ ਵੇ, ਜੀ ਜੀ ਜੀ, ਗੈਪ ਪੈਂਦਾ ਜਾਂਦਾ। ਉਹ ਜਦੋਂ ਬੱਚੇ ਉਹਨਾਂ ਦੇ ਆਪੋ ਉਹ ਬੱਚੇ ਵੀ ਗਾਂਹ ਉਹਨਾਂ ਦੀ ਕੋਈ ਸੁਣਦੇ ਨਹੀਂ ਤੇ ਉਹ ਭਰਾ ਹੌਲੀ 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 ਜਿੱਦਾਂ ਕਹਿੰਦੇ ਹੁੰਦੇ ਕਿ ਉੱਲੂ ਬੈਠਾ ਹੁੰਦਾ ਨਾ, ਉਦਾਂ ਉਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ ਫੇ, ਉਹਨਾਂ ਦੀ ਜਦੋਂ ਪੇਸ਼ ਨਹੀਂ ਜਾਂਦੀ ਤੇ ਉਹ ਸੋਚਦੇ ਵੀ ਅਸੀਂ ਆਪਸ ਵਿੱਚ ਮਿਲ ਗਏ, ਜੀ 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 ਜੀ, ਪਰ ਉਹਨਾਂ ਨੂੰ ਜਿਹੜੇ ਵਿਚਲਾ ਇੱਦਾਂ ਗੈਪ ਪੈ ਚੁੰਗਾ ਮੈਂ ਨਹੀਂ ਦਿੰਦਾ, ਪਰ ਉਹਨਾਂ ਤੋਂ ਮੈਨੂੰ ਚਾਹਤ ਬਹੁਤ ਉਹਨਾਂ ਦੀ ਮਿਲਣ ਵਾਸਤੇ। ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਇਮਰਾਨ ਖਾਨ ਆਇਆ, ਉਹੋ ਹੀ ਬੱਚੇ ਜਿਹੜੇ ਆ, ਹੋ ਸਕਦਾ ਕਿ ਜਿੱਦਾਂ ਜਿੱਦਾਂ ਦੁਨੀਆ ਬਦਲ ਰਹੀ ਆ ਕਿ ਉਹਨਾਂ ਨੂੰ ਵੀ ਅਕਲ ਆ ਗਈ ਹੋਵੇ ਕਿ ਅਸੀਂ ਇੱਕ ਹੋ ਜਾਈਏ, ਜਿਹੜੇ ਪਿਛਲੇ ਸਾਡੇ ਤਰਸਦੇ ਆ ਉਹਨਾਂ ਨੂੰ ਵੀ ਅਸੀਂ ਮਿਲਾਈਏ। ਕਰੈਕਟ 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 ਕਰੈਕਟ, ਮੈਂ ਸਿਰਫ ਇੰਨੀ ਗੱਲ ਕਹਿਣੀ ਕਿਉਂਕਿ ਵੱਡੀ ਗੱਲ ਚ ਵੀ ਉਹੀ ਗੱਲ, ਛੋਟੀ ਗੱਲ ਚ ਵੀ ਉਹੀ ਨਿਬੜ ਜਾਂਦੀ ਆ। ਉਹਨਾਂ ਦਾ ਮਿਲਣ ਨੂੰ ਦਿਲ ਬਹੁਤ ਕਰਦਾ ਆ ਪਰ ਉਹਨਾਂ ਨੂੰ ਮਿਲਾਉਣ ਵਾਲਾ ਕੋਈ ਨੀ, ਸਭ ਤੋੜਨ ਵਾਲੇ ਹੀ ਆ। ਕਰੈਕਟ 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 ਕਰੈਕਟ, ਹੁਣ ਕਿਤੇ ਨਾ ਕਿਤੇ ਜ਼ਰੂਰਤ ਹੈਗੀ ਹੈ ਮਿਲਾਉਣ ਦੀ, ਮਸਲੇ ਸੁਲਝਾਉਣ ਦੀ। ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੀ ਪਠਾਨ ਸਾਡੇ ਭਰਾ ਸੀ ਸਿੱਖਾਂ ਦੇ, ਜੀ 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 ਜੀ, ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਇਮਰਾਨ ਖਾਨ ਨੂੰ ਕਿ ਆਪਾਂ ਇੱਕ ਸੀ ਪਠਾਨ ਤੇ ਸਿੱਖ ਇੱਕ ਸੀ, ਜੀ 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 ਜੀ, ਕਿ ਇਹ ਵੀ ਸੱਚੇ ਆ ਮਨ ਦੇ, ਜਿਹੜੀ ਗੱਲ ਕਹਿ ਦੇਣ ਉਹ ਸੱਚ ਤੇ ਉਤਰਦੇ ਪਾਵਾਂ ਕੁਰਬਾਨ ਹੋ ਜਾਣ, ਏਦਾਂ ਹੀ ਸਾਡੇ ਸਿੱਖ ਆ ਜਿਹੜੀ ਗੱਲ ਕਹਿ ਦੇਣ ਉਹ ਕੁਰਬਾਨ ਹੋ ਜਾਂਦੇ ਆ, ਪਰ ਦੋਨੋਂ ਹੀ ਕੌਮਾਂ ਕੁਰਬਾਨੀਆਂ ਕਰਦੇ ਆਏ ਪਰ ਇਹਨਾਂ ਨੂੰ ਜਿਹੜੇ ਵਿਜਦੇ ਆ ਉਹ ਤੋੜਦੇ ਆਏ ਆ। ਕਰੈਕਟ ਕਰੈਕਟ ਕਰੈਕਟ, ਬਹੁਤ ਬਹੁਤ ਧੰਨਵਾਦ ਜੀ, ਹੋਰ ਵੀ ਸਤਿ ਸ਼੍ਰੀ ਅਕਾਲ ਜੀ, ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਵਿਚਾਰ ਜਾਣੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਵੀ, ਹਾਂਜੀ ਮੈਂ ਇੰਗਲੈਂਡ ਤੋਂ ਬੋਲ ਰਿਹਾ, ਜੀ 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 ਜੀ, ਆਪ ਦਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਜੀ 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 ਜੀ, ਵਿਸ਼ਾ ਵੀ ਵਧੀਆ ਹੈ, ਵਿਸ਼ਾ ਵੀ ਵਧੀਆ, ਬੁਲਾਰੇ ਵੀ ਬਹੁਤ ਆਏ ਸੁਣੇ ਆ, ਜੀ ਜੀ, ਹਾਂਜੀ ਮੈਂ ਤਾਂ ਬਹੁਤਾ ਆਪਣਾ ਟਾਈਮ ਨਹੀਂ ਲੈਣਾ, ਮੈਂ ਇੱਕ ਦੋ ਗੱਲਾਂ ਕਰਨੀਆਂ, ਮੈਂ ਹਾਂਜੀ ਮੈਂ ਪਾਕਿਸਤਾਨ ਦਾ ਕੋਈ ਵਿਰੋਧੀ ਨਹੀਂ ਜਾਂ ਕੁਛ ਵੀ ਨਹੀਂ ਹੈ, ਮੈਂ ਤਾਂ ਸਿਰਫ ਇਹੀ ਓ ਕਹਿਣਾ ਜਿਹੜਾ ਵੀ ਪਾਕਿਸਤਾਨ ਵਿੱਚ ਪ੍ਰਾਈਮ ਮਿਨਿਸਟਰ ਬਣਿਆ ਹਿਸਟਰੀ ਦੇਖ ਲਓ, ਜਾਂ ਤਾਂ ਉਸਨੂੰ ਗੋਲੀ ਖਾਧੀ ਜਾਂ ਉਸਨੂੰ ਫਾਂਸੀ ਦਿੱਤੀ ਜਾਂ ਉਹਨੂੰ ਜੇਲ੍ਹ ਵਿੱਚ ਭੇਜਿਆ ਗਿਆ, ਚਾਹੇ ਉੱਥੇ ਕੋਈ ਵੀ ਖਾਨ ਆ ਜਾਵੇ ਫੌਜ ਤੋਂ ਬਿਨਾਂ ਉਹ ਪੈਰ ਪੱਟ ਨਹੀਂ ਸਕਦਾ, ਇਹ ਮੈਂ ਤੁਹਾਨੂੰ ਲਿਖ ਕੇ ਦੇਣਾ, ਤੁਸੀਂ ਹਿਸਟਰੀ ਪੜ੍ਹ ਕੇ ਦੇਖ ਲਓ, ਸਿਰਫ ਜੇ ਚੱਲਣੀ ਆ ਉਹ ਫੌਜ ਦੀ ਚੱਲਣੀ ਆ, ਜਿੰਨੇ ਵੀ ਬੁਲਾਰੇ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਕਰਦਾ ਆ, ਉਹ ਵੀ ਚਾਹੁੰਦੇ ਆ, ਮੈਂ ਵੀ ਚਾਹੁੰਦਾ ਸਾਡੇ ਰਿਲੇਸ਼ਨਸ਼ਿਪ ਬਹੁਤ ਵਧੀਆ ਹੋਣ ਪਾਕਿਸਤਾਨ ਦੇ ਨਾਲ, ਉਹ ਵੀ ਸਾਡੇ ਭੈਣ ਭਾਈ ਆ, ਅਸੀਂ ਦੋ ਭਰਾ ਸੀ ਵੰਡੇ ਗਏ ਆ, ਠੀਕ ਹੈ, ਜਿਹੜੀ ਪਾਵਰ ਹੈ ਸਾਰੇ ਜਾਣਦੇ ਆ ਉਹ ਉੱਥੇ ਆਰਮੀ ਦੇ ਹੱਥ ਵਿੱਚ ਆ, ਠੀਕ ਹੈ, ਹਾਂਜੀ ਤੁਸੀਂ ਦੇਖ ਲਓ, ਜੀ ਬਿਲਕੁਲ ਸਹੀ, ਹੁਣ ਰਾਹ ਦੇਖ ਲਓ, ਹੁਣ ਦਾ ਦੇਖ ਲਓ ਤੁਸੀਂ, ਨਵਾਜ਼ ਸ਼ਰੀਫ ਕਿੱਥੇ ਆ, ਜੀ ਜੀ ਜੀ, ਲਿਆਕਤ ਅਲੀ, ਲਿਆਕਤ ਅਲੀ ਨੂੰ ਕੀ ਹੋਇਆ, ਜੀ ਜੀ ਜੀ, ਜ਼ੁਲਫਕਾਰ ਅਲੀ ਭੁੱਟੋ ਨੂੰ ਕੀ ਹੋਇਆ, ਜੀ ਪਰਵੇਸ਼ ਮੁਸ਼ਰਫ ਨੂੰ, ਜੀ 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 ਜੀ,
हां जी ये जोड़ा भी मर्जी आ जावे जट ही ओह आर्मी दे कहने दे नाल चलूगा तो प्राइम मिनिस्टर आ नहीं तो ओह जा गोली खाऊगा जा जेल भेज जा। चलो आपा ए गल ना कहिए क्योंकि ਮੈਨੂੰ ਲੱਗਦਾ ਕਿ ਅਸੀਂ ਨਿੱਜੀ ਟੈਗ ਨਾ ਕਰੀਏ ਮੇਰੇ ਨਾਲ ਮੈਂ ਸੰਜੀਵ ਬੋਲੇ ਜੀ 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 ਬੜਾ ਅੱਛਾ ਨਵੀਂ ਇਨੀ ਸ਼ੁਰੂ ਹੋਣ ਗਈ ਆ ਜੋ ਉਹ ਥੰਦਾ ਜਦ ਜੀ ਬੈਰਸਟਰ ਲੋਰ ਸਾਰੇ ਉਸ ਰਹਿੰਦੇ ਆ ਜੀ ਪਰ ਜਿਹੜਾ ਬੰਦੇ ਦਾ ਰੈਕੋਰਡ ਚੈੱਕ ਕਰਨ ਚਾਹੀਦਾ 10 ਸਾਲ ਦਾ 20 ਸਾਲ ਦਾ ਉਹਨੇ ਕੀ ਕੰਮ ਕੀਤੇ ਆ ਕਿੱਦਾਂ ਕੀਤੇ ਆ ਜਿਹੜੇ ਪਲੇਅਰਸ ਹੈਗੇ ਆ ਇਹਨਾਂ ਮਾਡਲਸ ਹੁੰਦੇ ਆ ਲੇਡੀਜ਼ ਦੇ ਹੈਵ ਇਨਫੋਰਮੇਸ਼ਨ ਇਨਸਾਈਡ ਇਨਫੋਰਮੇਸ਼ਨ ਆਲ ਦ ਮਿਨਿਸਟਰਸ ਆਲ ਓਵਰ ਦ ਵਰਲਡ what they do or how they let's see let's see ki what kind of sportsmanship now Imran Khan will show to the Pakistan and to the people of Pakistan and what kind of relations we can see in future with India on ta aan wala sama khair dassega Surinder Singh ji lekin hun eh koshish jehdi hai oh mainu lagda hai ki India vallon vi kiti jaye te eh vi hun tajweez rakhi ja rahi hai ki Sunil Gavaskar nu Kapil Dev nu ਭੇਜਿਆ ਜਾਏਗਾ ਤਾਂ ਕਿ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਉੱਤੇ ਡਾਇਲੋਗ ਹੋ ਸਕੇ ਉਹਨਾਂ ਦੇ ਉੱਤੇ ਗੱਲ ਹੋ ਸਕੇ ਤਾਂ ਕਿ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਮੁੱਦੇ ਨੇ ਉਹ ਆਪਸ ਦੇ ਵਿੱਚ ਨਿਪਟਣ ਔਰ ਖਾਸ ਤੌਰ 'ਤੇ ਜਿਹੜਾ ਕਸ਼ਮੀਰ ਦਾ ਮੁੱਦਾ ਉਹ ਨਿਪਟੇ ਔਰ ਸਿੱਖ ਕੌਮ ਨੂੰ ਵੀ ਉਮੀਦ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀਜ਼ਾਜ਼ ਨੇ ਔਰ ਜਿਹੜੇ ਬੱਸ ਕੋਰੀਡੋਰਸ ਨੇ ਔਰ ਜਿਹੜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਨੇ ਉਹ ਖੁੱਲ੍ਹੇ ਹੋ ਸਕਣ ਹੋਰ ਵਧੀਆ ਹੋ ਸਕਣ ਮੈਨੇਜਮੈਂਟ ਜਿਹੜੀ ਆ ਉਹ ਅੱਛੀ ਹੋ ਸਕੇ ਸਾਂਭ ਸੰਭਾਲ ਜਿਹੜੀ ਆ ਗੁਰਦੁਆਰਾ ਸਾਹਿਬਾਨਾਂ ਦੀ ਉਹ ਅੱਛੀ ਹੋ ਸਕੇ ਅਤੇ ਸਿੱਖ ਕੌਮ ਨੂੰ ਵੀ ਉਮੀਦ ਹੈ ਇਮਰਾਨ ਖਾਨ ਦੇ ਨਾਲ ਤੁਹਾਨੂੰ ਕੀ ਉਮੀਦ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਕਾਲ ਕਰ ਸਕਦੇ ਹੋ ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲਸ ਮੈਨੂੰ ਆਈਆਂ ਹੋਈਆਂ ਮੈਂ ਉਹਨੂੰ ਹੋਲਡ ਦੇ ਵਿੱਚ ਪਾ ਰਿਹਾ ਲੇਕਿਨ ਜਦ ਮੈਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਤਾਂ ਜ਼ਰੂਰ ਲਵਾਂਗਾ ਤੁਹਾਡੇ ਸੁਝਾਅ ਤੁਹਾਡੇ ਸੁਜੈਸ਼ਨਸ ਇਸ ਬ੍ਰੇਕ ਤੋਂ ਬਾਅਦ